ਹੈਲੋ ਗਾਇਸ ਸਸੀ ਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋ ਤੇ ਥੈਂਕ ਯੂ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਅੱਗੇ-ਅੱਗੇ ਇਦਾਂ ਸਪੋਰਟ ਕਰਦੇ ਰਹੋ ਤੇ ਅੱਜ ਮੈਂ ਤੁਹਾਨੂੰ ਕੁਝ ਇਨਫੋਰਮੇਸ਼ਨ ਦੱਸਣ ਜਾ ਰਹੀਆਂ ਜਿੱਦਾਂ ਕਿ ਅੱਜਕੱਲ ਫਰੋਡ ਫੇਕ ਕਾਲਸ ਬਹੁਤ ਜ਼ਿਆਦਾ ਆ ਰਹੀਆਂ ਨੇ ਤੇ ਸਾਨੂੰ ਵੀ ਕੱਲ ਆਈ ਸੀ ਇੱਕ ਫੇਕ ਕਾਲ ਕੈਨੇਡਾ ਤੋਂ ਤੇ ਉਹ ਸਾਨੂੰ ਆਂਦਾ ਕਿ ਮੈਂ ਰਵਿੰਦਰ ਬੋਲ ਤਰੇ ਮਾਮੇ ਦਾ ਮੁੰਡਾ ਟਾਡਾ ਕੋਈ ਵੀ ਤੁਹਾਨੂੰ ਕਹੇ ਮਾਮੇ ਦਾ ਮੁੰਡਾ ਤਾਏ ਦਾ ਮੁੰਡਾ ਮਾਸੀ ਦਾ ਮੁੰਡਾ ਕਿਸੇ ਦਾ ਵੀ ਮੁੰਡਾ ਹੋਵੇ ਤੇ ਆਪਣਾ ਅਕਾਊਂਟ ਨੰਬਰ ਕਿਸੇ ਨੂੰ ਸੈਂਡ ਕਰੋ ਉਹਨੇ ਸਾਡੇ ਕੋ ਆਪਣਾ ਅਕਾਊਂਟ ਨੰਬਰ ਮੰਗਿਆ ਤੇ ਅਹੀਂ ਨਹੀਂ ਸੈਂਡ ਕੀਤਾ ਅਲਮਾ ਤੈਨੂੰ 15000 ਡਾਲਰ ਕਲ ਨਾ ਆਇਆ ਤੇ ਇੰਡੀਆ ਦਾ ਬੰਦਾ 11 12 ਲੱਖ ਸੋ ਮੈਂ ਤੁਹਾਨੂੰ ਨੰਬਰ ਵੀ ਵਿਖਾ ਦਿੰਦੀ ਆ ਤੇ ਇਹੋ ਜਿਹੇ ਲੋਕਾਂ ਤੋਂ ਬਚ ਕਰੋ ਜਿੱਦਾਂ ਕਿ ਅੱਜ ਕੱਲ ਦੇ ਕੋਈ ਵੀ ਬੱਚਾ ਹੋਵੇ 21 22 ਸਾਲਾਂ ਦੇ ਜਿਹੜੇ ਕੁੜੀ ਮੁੰਡਾ ਕੋਈ ਵੀ ਹੋਵੇ ਉਹ ਕਾਲ ਦਿੰਦੇ ਨੇ ਤੇ ਆ ਨੰਬਰ ਵੀ ਦੇਖ ਸਕਦੇ ਆ ਤੁਸੀਂ ਸਾਨੂੰ 4-5 ਅਰੀ ਆਇਆ ਕਾਲ ਤੁਸੀਂ ਦੇਖ ਸਕਦੇ ਹੋ ਸੋ ਪਲੀਜ਼ ਜੇ ਲੋਕਾਂ ਕੋਲੋਂ ਬਚ ਕੇ ਰੋ ਤੇ ਉਹਨੇ ਸਾਡ ਕੁ ਮੰਗਿਆ ਹੀ ਨਹੀਂ ਉਹਨੂੰ ਸੈਂਡ ਕੀਤਾ ਕਿਉਂਕਿ ਸਾਨੂੰ ਤਾਂ ਪਤਾ ਸੀ ਕਿ ਉਹ ਫੇਕ ਆ ਪਰ ਕਈਆਂ ਨੂੰ ਲੱਗਦਾ ਹਾਂ ਸੱਚੀ ਹੋ ਸਕਦਾ ਹੈ ਉਹ ਤੇ ਇਦਰਾ ਸੁਣ ਕੇ ਇਦਰਾ ਨਾ ਕੱਟ ਦਿਓ ਕਿ ਨੂੰ ਆਪਣੇ ਪਰਸਨਲ ਡਾਕੂਮੈਂਟਸ ਬੈਂਕ ਦੇ ਕੋਈ ਵੀ ਪੇਪਰ ਹੋਏ ਕੋਈ ਵੀ ਆਪਣੇ ਪਰਸਨਲ ਡਾਕੂਮੈਂਟ ਨਾ ਸੈਂਡ ਕਰੋ ਤੇ ਥੈਂਕ ਯੂ ਤੇ ਇਨਾਂ ਲੋਕਾਂ ਕੋਲ ਪਲੀਜ਼ ਅਵੇਅਰ ਰਹੋ ਥੈਂਕ ਯੂ ਗਾਇਸ ਸਾਡੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਸਸੀ ਗੱਲ ਸਾਰਿਆਂ